ਸਾਡੀ 100 ਸਾਲਾ ਸ਼ਤਾਬਦੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਪਿਛਲੇ ਸਾਲ ਆਪਾਂ ਮਨਾਈ। ਉਹ ਤੋਂ ਬਾਅਦ ਫਿਰ ਸ਼੍ਰੋਮਣੀ ਅਕਾਲੀ ਦਲ ਦੀ 100 ਸਾਲਾ ਸ਼ਤਾਬਦੀ, ਉਹ ਵੀ ਅਸੀਂ ਇੱਥੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਈ। ਉਸ ਤੋਂ ਬਾਅਦ ਗੁਰਦੁਆਰਾ ਸੁਧਾਰ ਲਹਿਰ ਦੇ ਸਭ ਤੋਂ ਮੁੱਢਲੇ ਸ਼ਹੀਦ ਭਾਈ ਸਾਹਿਬ ਬਾਬਾ ਹਜ਼ਾਰਾ ਸਿੰਘ ਜੀ, ਬਾਬਾ ਹੁਕਮ ਸਿੰਘ ਜੀ, ਉਹਨਾਂ ਦੀ 100 ਸਾਲਾ ਸ਼ਤਾਬਦੀ ਕੱਲ੍ਹ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਰਨ ਤਾਰਨ ਵਿਖੇ ਮਨਾਈ ਗਈ। ਔਰ ਜਿਹਦੇ ਵਿੱਚ ਉਚੇਚੇ ਤੌਰ 'ਤੇ ਸਾਡੇ ਵੀਰ ਧਰਮ ਪ੍ਰਚਾਰ ਦੇ ਮੈਂਬਰ ਸਰਦਾਰ ਅਜੈਬ ਸਿੰਘ ਜੀ ਵਿਆਸੀ ਅਤੇ ਆਦਿਕ ਸਾਰੀ ਟੀਮ ਨੇ, ਬੀਬੀ ਜਗੀਰ ਕੌਰ ਜੀ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਰਹਿਨਮਈ ਦੇ ਵਿੱਚ ਉਹ ਸਾਰੇ ਕਾਰਜ ਕੱਲ੍ਹ ਉਹ ਜਿਹੜੇ ਸਿਰੇ ਚੜ੍ਹਾਏ। ਹੁਣ 20 ਅਤੇ 21 ਤਰੀਕ ਨੂੰ ਉਸ ਪਵਿੱਤਰ ਅਸਥਾਨ 'ਤੇ ਸਤਿਗੁਰੂ ਜੀ ਦੀ ਚਰਨ ਛੋਹ ਪ੍ਰਾਪਤ, ਉਸ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਇੱਕ ਇੱਥੋਂ ਜਥਾ ਜਾਊਗਾ ਪਾਕਿਸਤਾਨ ਨੂੰ, ਜਿਹਦੀ ਰਹਿਨਮਾਈ ਬੀਬੀ ਜਗੀਰ ਕੌਰ ਜੀ ਕਰਨਗੇ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਉਹ ਉੱਥੇ ਚੇਚੇ ਤੌਰ 'ਤੇ ਜਾ ਰਹੇ ਆ। ਉਹ 7-8 ਦਿਨ ਦਾ ਉਹਨੇ ਪ੍ਰੋਗਰਾਮ ਦਿੱਤਾ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਦਾ, ਪਰ ਇਹ ਸਿੰਘ ਸਾਹਿਬ ਅਤੇ ਬੀਬੀ ਜੀ ਸ਼ਾਇਦ ਥੋੜ੍ਹੇ ਦਿਨਾਂ ਲਈ ਜਾਣਗੇ। ਸੋ 20 ਅਤੇ 21 ਤਰੀਕ ਨੂੰ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਉਹ ਸ਼ਤਾਬਦੀ ਮਨਾਈ ਜਾਊਗੀ। ਅਤੇ ਦੂਸਰਾ ਜਿਹੜਾ ਇੱਥੇ ਪੰਜਾਬ ਦਾ ਇਹ ਚੜ੍ਹਦੇ ਪੰਜਾਬ ਦਾ ਜਿਹੜਾ ਨਨਕਾਣਾ ਸਾਹਿਬ ਦਾ ਸਾਕਾ, ਇਹ ਭਾਈ ਲਛਮਣ ਸਿੰਘ ਜੀ ਧਾਰੋਵਾਲੀ ਉਹਨਾਂ ਦੇ ਪਿੰਡ ਗੋਦਰਪੁਰਾ ਗੁਰਦਾਸਪੁਰ ਦੇ ਵਿੱਚ ਉਹ ਵੱਡੇ ਪੱਧਰ 'ਤੇ ਜਿਹੜੇ ਉਹ ਸਮਾਗਮ ਅਸੀਂ ਉਲੀਕ ਰਹੇ ਹਾਂ, ਉਹ ਵੀ ਇੱਥੇ ਮਨਾਏ ਜਾਣਗੇ। ਸੋ ਉਹਨਾਂ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਅਤੇ ਇਸ ਧਰਤੀ ਦੇ ਇੱਕ ਛਤਰੀ ਬਣ ਕੇ ਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਆਪਣੇ ਹਿਰਦੇ ਦੇ ਵਿੱਚ ਸਮੋਇਆ, ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਅਤੇ ਇਹਨਾਂ ਦਾ 400 ਸਾਲਾ ਪ੍ਰਕਾਸ਼ ਆਗਮਨ ਗੁਰਪੁਰਬ ਜਿਹੜਾ ਉਹ ਸਿੱਖ ਪੰਥ ਸਮੁੱਚੇ ਤੌਰ ਦੇ ਉੱਤੇ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਸਮੂਹ ਦੇਸ਼ ਅਤੇ ਵਿਦੇਸ਼ ਦੇ ਵਿੱਚ ਮਨਾਉਣ ਜਾ ਰਹੇ। ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਹ ਉੱਦਮ ਉਪਰਾਲਾ ਵੱਡੇ ਪੱਧਰ 'ਤੇ ਕੀਤਾ, ਜਿਹਦੇ ਵਿੱਚ ਇੱਕ ਵੱਖਰੀ ਸਬ ਕਮੇਟੀ ਬਣਾਈ ਗਈ ਆ, ਜਿਹਦੀ ਪ੍ਰਧਾਨਗੀ ਜਥੇਦਾਰ ਸਰਦਾਰ ਕਿਰਪਾਲ ਸਿੰਘ ਜੀ ਬਡੂੰਗਰ ਨੇ ਉਹਨਾਂ ਨੂੰ ਸੌਂਪੀ ਗਈ ਆ। ਉਹਨਾਂ ਦੀ ਕਮਾਂਡ ਥੱਲੇ ਅਸੀਂ ਲਗਭਗ ਬਹੁਤ ਸਾਰੇ ਕਾਲਜਾਂ ਦੇ ਵਿੱਚ ਸੈਮੀਨਾਰ ਸਾਹਿਬ ਜੀ ਨੂੰ ਸਮਰਪਿਤ ਰੱਖੇ ਗਏ ਆ, ਅਤੇ ਆਦਿਕ ਉਹਦੇ ਤਹਿਤ ਜਿਹੜਾ ਸਾਡਾ ਮੁੱਢਲਾ ਪ੍ਰੋਗਰਾਮ ਹੈ ਉਹ ਤਾਂ ਸਤਿਗੁਰਾਂ ਦੀ ਪਵਿੱਤਰ ਧਰਤੀ ਜਿੱਥੇ ਸਤਿਗੁਰਾਂ ਜੀ ਨੇ ਆਪ ਅਵਤਾਰ ਧਾਰਿਆ ਸੀਸ ਮਹਿਲ ਵਿਖੇ ਖੰਡ ਪਾਠਾਂ ਦੀ ਪ੍ਰੰਪਤਾ ਕੀਤੀ ਜਾਊਗੀ, ਉੱਥੇ ਭੋਗ ਪਾਏ ਜਾਣਗੇ। ਉਸ ਤੋਂ ਬਾਅਦ ਫਿਰ ਇਸੇ ਅੰਮ੍ਰਿਤਸਰ ਦੀ ਧਰਤੀ ਦੇ ਵਿੱਚ ਅਸੀਂ ਯੋਗ ਜਗ੍ਹਾ ਦੇਖੀ ਆ ਉਹਦੇ ਉੱਤੇ ਵੱਡੇ ਪੱਧਰ ਦੇ ਜਿਹੜੇ ਸਮਾਗਮ ਆ ਉਹ ਦਿਨ ਰਾਤ ਚੱਲਣਗੇ। ਸੋ ਇਹ ਸ਼ਤਾਬਦੀਆਂ ਜਿਹੜੀਆਂ ਮਨਾਉਣੀਆਂ ਨੇ ਵਸਾਉਣੀਆਂ ਵੀ, ਮੈਂ ਸਿੱਖ ਪੰਥ ਨੂੰ ਅਤੇ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਨੂੰ ਬੇਨਤੀ ਵੀ ਕਰਦਾ ਵੀ ਸਤਿਗੁਰੂ ਜੀ ਨੇ ਸਮੁੱਚੀ ਮਨੁੱਖਤਾ ਲਈ ਨਹੀਂ ਸਾਰਿਆਂ ਦੇ ਲਈ ਇਸ ਧਰਤੀ ਦੇ ਚਾਹੇ ਜੀਵ ਜੰਤੂ ਸੀ ਚਾਹੇ ਇੱਥੋਂ ਦੀ ਬਨਸਪਤੀ ਆ ਹਰੇਕ ਨੂੰ ਸਤਿਗੁਰੂ ਜੀ ਨੇ ਪਵਿੱਤਰ ਸੁਨੇਹਾ ਦਿੱਤਾ, ਅਤੇ ਉਸ ਪਵਿੱਤਰ ਸੁਨੇਹੇ ਦੀ ਯਾਦ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਪੰਜਾਂ ਕਕਾਰਾਂ ਦੇ ਧਾਰਨੀ ਨੀਗੇ ਉੱਦਾਂ ਸਾਫ਼ ਸੂਰਤ ਆ ਉਹ ਅੰਮ੍ਰਿਤ ਛਕਣ, ਅਤੇ ਜਿਹੜੇ ਕੋਈ ਰੋਮਾਂ ਦੀ ਬੇਅਦਬੀ ਕਰਦੇ ਆ ਉਹ ਸਾਫ਼ ਸੂਰਤ ਹੋਣ, ਅਤੇ ਜਿਹੜੇ ਫਿਰ ਕੋਈ ਹਾਲੇ ਮਨ ਬਣਾਉਣ ਵਾਲੇ ਆ ਉਹ ਰੋਜ਼ ਉੱਠ ਕੇ ਅੰਮ੍ਰਿਤ ਵੇਲੇ ਸੰਕਲਪ ਕਰਨ ਪਏ ਅਸੀਂ ਉੱਠ ਕੇ ਪਹਿਲਾਂ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਫਿਰ ਅੰਨ ਪਾਣੀ ਛਕਣਾ, ਅਤੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਵੀ ਕਰਨੀ ਆ ਕਿ ਸਤਿਗੁਰੂ ਜੀ ਤੁਸੀਂ ਇਹ ਜਿਹੜੀਆਂ ਸਾਨੂੰ ਬਖਸ਼ਿਸ਼ਾਂ ਦਿੱਤੀਆਂ ਇਹਨਾਂ ਬਖਸ਼ਿਸ਼ਾਂ ਦੇ ਅਸੀਂ ਪਾਤਰ ਬਣ ਸਕੀਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਾਹਿਬ, ਅੱਜ ਰਾਸ਼ਟਰਪਤੀ ਨੇ ਸੰਸਦ 'ਚ ਕਿਹਾ ਵੀ 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਰਕਾਰ ਵੱਲੋਂ ਮਨਾਇਆ ਜਾਏਗਾ, ਕੋਈ ਇਹੋ ਜਿਹੀ ਕੇਂਦਰ ਸਰਕਾਰ ਨਾਲ ਰਲ ਕੇ ਮਨਾਉਣ ਦੀ ਕੋਈ ਹੋਏਗੀ ਕੋਸ਼ਿਸ਼ ਸ਼੍ਰੋਮਣੀ ਕਮੇਟੀ ਵੱਲੋਂ? ਦੇਖੋ, ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਰੋਲ ਧਾਰਮਿਕ ਸੰਸਥਾ ਆ, ਅਸੀਂ ਇਹ ਆਪਣੇ ਪੱਧਰ 'ਤੇ ਸਾਰੇ ਪ੍ਰੋਗਰਾਮ ਮਨਾਵਾਂਗੇ। ਠੀਕ ਆ, ਮੁਬਾਰਕ ਆ ਉਹਨਾਂ ਨੂੰ ਸੈਂਟਰ ਦੀ ਸਰਕਾਰ ਮਨਾਉਂਦੀ ਆ, ਕਿਉਂਕਿ ਸਤਿਗੁਰੂ ਜੀ ਨੇ ਤਾਂ ਸਾਰਾ ਕੁਝ ਕੀਤਾ ਉਹਨਾਂ ਲੋਕਾਂ ਲਈ ਆ ਜਿਹੜੇ ਸ਼ਾਇਦ ਜੇ ਅੱਜ ਆਪਾਂ ਜਿਹਨਾਂ ਦੇ ਪੂਰਨਿਆਂ ਪਾਇਆਂ 'ਤੇ ਅੱਜ ਰਾਜ ਸੱਤਾ 'ਤੇ ਹੋਰ ਸਾਰੇ ਸੁੱਖ ਮਾਣ ਰਹੇ ਹਾਂ, ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਕੌਮਾਂ ਦੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਮਾਨਸਿਕਤਾ ਤਕੜੀ ਕਰਨ ਦਾ ਨਿੱਘ ਮਾਣ ਰਹੇ,
ਇਹ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਖਸ਼ਿਸ਼ ਆ। ਸੋ ਆਪਣੇ ਤੌਰ 'ਤੇ ਮਨਾਉਣਗੇ, ਅਸੀਂ ਧਾਰਮਿਕ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਆਪਣੇ ਪੱਧਰ 'ਤੇ ਇਹ ਪ੍ਰੋਗਰਾਮ ਸਾਰੇ ਲਿਖੂਗੀ ਅਤੇ ਆਪ ਹੀ ਮਨਾਊਗੀ। ਪੰਜਾਬ ਸਰਕਾਰ ਨੇ ਕਾਫੀ ਚਿਰ ਤੋਂ ਸ਼ਤਾਬਦੀ ਸਮਾਗਮ ਉਲੀਕੇ ਹੋਏ, ਭਾਵੇਂ ਉਹ ਵਰਚੁਅਲ ਕਰ ਰਹੇ ਆ, ਔਨਲਾਈਨ ਕਰ ਰਹੇ ਆ। ਸ਼੍ਰੋਮਣੀ ਕਮੇਟੀ ਇਸ ਗੱਲੋਂ ਥੋੜ੍ਹੀ ਜਿਹੀ ਅਵੇਸਲੀ ਨਹੀਂ ਕਿ ਅਜੇ ਤੱਕ ਸ਼ਡਿਊਲ ਹੀ ਨਹੀਂ ਮਿੱਥਿਆ ਹੋਇਆ? ਨਹੀਂ, ਅਸੀਂ ਸ਼ਡਿਊਲ ਸਾਰੇ ਮਿੱਥ ਲਏ ਆ ਉਹਨਾਂ ਨੇ, ਕਿਉਂਕਿ ਪਿਛਲੇ ਸਾਲ ਸਰਕਾਰ ਨੇ ਸ਼ੁਰੂ ਕੀਤੀ ਸੀ, ਅਸੀਂ ਵੀ ਪਿਛਲੇ ਸਾਲ ਤੋਂ ਹੀ ਉਦਮ ਉਪਰਾਲਾ ਸ਼ੁਰੂ ਕੀਤਾ, ਅਤੇ ਸਾਡਾ ਤਾਂ ਅਸੀਂ ਵੀ ਵੱਡੇ ਪੱਧਰ 'ਤੇ ਮਨਾਵਾਂਗੇ, ਪਰ ਸ਼ਤਾਬਦੀਆਂ ਕਿਉਂਕਿ ਕਰੋਨਾ ਵਾਇਰਸ ਗੱਭੇ ਆ ਗਿਆ, ਸਾਡੀਆਂ ਬਿਲਕੁਲ ਤਿਆਰੀਆਂ, ਅਸੀਂ ਸਾਰੀਆਂ ਸਬ ਕਮੇਟੀ ਨੇ ਮੀਟਿੰਗਾਂ ਕਰਕੇ ਉਹ ਸਾਰੇ ਪ੍ਰੋਗਰਾਮ ਲੀਕ ਲਏ ਵਾ, ਅਤੇ ਅਸੀਂ ਆਉਂਦਿਆਂ ਥੋੜ੍ਹੇ ਦਿਨਾਂ 'ਚ ਉਹ ਸਾਰੇ ਜਿਹੜੇ ਆ ਉਹ ਨਸ਼ਰ ਵੀ ਕਰਾਂਗੇ। ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਗੁਰਪੁਰਬ ਆਗਮਨ ਦੀ ਸ਼ਤਾਬਦੀ ਨੂੰ ਸਾਰੇ ਥੋੜ੍ਹੇ ਦਿਨਾਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਲੱਗ ਜਾਊਗਾ।